सोशल मीडिया ते आम आदमी पार्टी दे आगुआं दे नावां नूं लै के चल रहे कूड़ प्रचार दा खंडन करदिआं आम आदमी पार्टी ने इस नूं झूठ दा पलंदा अते नीच हरकत करार दित्ता है। पार्टी वालों जारी बयान विच आम आदमी पार्टी पंजाब दे लीगल विंग दे मुखी अते बुलारे एडवोकेट जसतेज सिंह अरोड़ा ने कहा है कि अजिहा कूड़ प्रचार आम आदमी पार्टी नूं बदनाम करन लई ही कीता जा रहा है अते इस विच रत्ती भर भी सच नहीं है। एडवोकेट अरोड़ा ने कहा कि पंचायती चोणां अते बरनाला रैली की सफलता तो बाद आम आदमी पार्टी के विरोधियों की नींद ਉੱਡੀ ਹੋਈ ਹੈ ਤੇ ਹੁਣ ਉਹ ਆਪ ਦੇ ਖਿਲਾਫ ਗਿਣ ਮਿਥ ਕੇ ਅਜਿਹੀਆਂ ਘਟੀਆਂ ਸਾਜ਼ਿਸ਼ਾਂ ਕਰ ਰਹੇ ਨੇ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਅਜਿਹੇ ਕੂੜ ਪ੍ਰਚਾਰ ਕਰਨ ਵਾਲੀ ਵੈਬਸਾਈਟ ਅਤੇ ਹੋਰ ਸ਼ਰਾਰਤੀ ਲੋਕਾਂ ਦੇ ਖਿਲਾਫ ਕਾਨੂੰਨੀ ਅਤੇ ਪੁਲਿਸ ਕਾਰਵਾਈ ਕਰਨ ਜਾ ਰਹੀ ਹੈ। ਇਹ ਜੋ ਸਨੈਪਸ਼ਾਟ ਅਸੀਂ ਦੇਖੇ ਹੈ ਅਸੀਂ ਸਿਰਫ ਇਹਨੂੰ ਇਹਦੀ ਨਿਖੇਧੀ ਕਰਦੇ ਹਾਂ। ਇਹ ਬਹੁਤ ਗੰਦੀ ਰਾਜਨੀਤੀ ਸ਼ੁਰੂ ਕਰਤੀ ਹੈ ਵਿਰੋਧੀਆਂ ਨੇ। ਅਸਲ 'ਚ ਜੋ ਪਿੱਛੇ ਰੈਲੀਆਂ ਹੋਈਆਂ ਬਰਨਾਲੇ 'ਚ ਰੈਲੀ ਹੋਈ ਅਤੇ ਪੰਚਾਇਤ ਦੀ ਇਲੈਕਸ਼ਨਸ ਹੋਈਆਂ ਉਹਦੇ 'ਚ ਜੋ ਜਿਸ ਤਰ੍ਹਾਂ ਦਾ ਸਾਨੂੰ ਹੁੰਗਾਰਾ ਦਿੱਤਾ ਲੋਕਾਂ ਨੇ ਇਸ ਤੋਂ ਇਹ ਵਿਰੋਧੀ ਜਿਹੜੇ ਨੇ ਇਹ ਘਬਰਾ ਗਏ ਹੈ ਅਤੇ ਇਹ ਇਹੋ ਜਿਹੇ ਮਤਲਬ ਕੋਝੀ ਰਾਜਨੀਤੀ 'ਤੇ ਉਤਰ ਗਏ ਹੈ। ਇਲੈਕਸ਼ਨਾਂ ਸਿਰ 'ਤੇ ਆ ਗਈਆਂ ਇਹ ਉਹੀ ਪੁਰਾਣੀ ਰਾਜਨੀਤੀ ਜਿਵੇਂ ਇਹਨਾਂ ਨੇ 2017 ਦੇ ਵਿੱਚ ਸਾਨੂੰ ਬਦਨਾਮ ਕਰਨ ਲਈ ਟਾਈਮ ਟੂ ਟਾਈਮ ਇਹੋ ਜਿਹੇ ਮਾੜੇ ਕੰਮ ਕੀਤੇ ਅਤੇ ਮਾੜੀ ਪਬਲਿਸਿਟੀ ਕੀਤੀ ਇਹਨਾਂ ਨੇ ਸਾਡੇ ਰਿਲੇਟਡ। ਇਹ ਹੁਣ 2019 ਦੇ ਇਲੈਕਸ਼ਨਾਂ ਵੀ ਸਿਰ 'ਤੇ ਆ ਗਈਆਂ ਅਤੇ ਇੱਦਾਂ ਦਾ ਇਹ ਸਭ ਕੁਛ ਇਹ ਦੁਬਾਰਾ ਤੋਂ ਕਰਨਾ ਸ਼ੁਰੂ ਹੋ ਇਹਨਾਂ ਦੇ ਖਿਲਾਫ਼ ਹੁਣ ਐਕਸ਼ਨ ਵੀ ਲਵਾਂਗੇ ਅਤੇ ਛੇਤੀ ਤੁਸੀਂ ਦੇਖੋਗੇ ਕਿ ਅਸੀਂ ਪੁਲਿਸ ਨੂੰ ਕੰਪਲੇਂਟ ਕਰਾਂਗੇ ਇਹਨਾਂ ਦੇ ਖਿਲਾਫ਼।